ਪੁੱਤਰ ਹੋਵੇ ਨਾ ਤੇ ਉਹਦਾ ਛੋਟਾ ਭੈਣ ਜਾਂ ਭਰਾ ਆਖੇ ਅੰਮਾ ਮੈਂ ਕੁਛ ਚਾਹਵਣ ਡੇ, ਜ਼ਿਕਰ ਦੀ ਕਸਮ ਹੈ ਮਾਂ ਨਹੀਂ ਚਾਹਵਣ ਦਿੰਦੀ। ਕਿਉਂ ਨਹੀਂ ਚਾਹਵਣ ਦਿੰਦੀ? ਜਵਾਨੀ ਅੰਮਾ ਨੇ ਮਾਂ ਇਤਬਾਰ ਹੀ ਨਹੀਂ ਕਰੇਂਦੀ, ਮਤਾਂ ਸੰਭਾਲ ਨਾ ਸੰਗੇ ਤੇ ਮੇਰਾ ਬੱਚੜਾ ਮਿੱਟੀ ਤੇ ਜਾਣ ਪਵੇ। ਉਹ ਆਏ ਨਹੀਂ ਦਿੰਦੀ, ਆਏ ਨਾ ਨਿਕਲੇ, ਮਾਵਾਂ ਪੁੱਤਰ ਚਾਹਵਣ ਵਾਸਤੇ ਨਹੀਂ ਦੇਂਦੀਆਂ। ਮੈਂ ਕਾਇਨਾਤ ਕੁਰਬਾਨ ਕਰਾਂ ਅਸਗਰ ਦੀ ਮਾਂ, ਤੇਰੇ ਹੌਸਲੇ ਤੂੰ ਤਾਂ 6 ਮਹੀਨਾ ਦਾ ਲਾਲ ਕੁਸਣ ਵਾਸਤੇ ਚੱਲ। ਲੱਖ ਵਾਰੀ ਅੱਖਾਂ ਵੱਲ ਆਦੀਏ ਗੇਨਵਾਲ ਹੁਸੈਨ ਵਿੱਚ ਹੱਥ ਬਨ ਕੇ ਆਦੀਏ ਮੌਲਾ ਦਿਨ ਰਾਤ ਨੱਥੀ ਵੇ ਅੱਜ ਮੇਰੇ ਬਚੜੇ ਕੂ ਪਿਓ ਬਣ ਕੇ ਨੱਚਾ ਆਦੀਏ ਆਜੂ ਵਿੱਚ ਜਿਵੇਂ ਮਾਵਾਂ ਚੰਦੀਏ ਵਤਨ ਵਾਲੇ ਹੁਸੈਨ ਵਿੱਚ ਜਿਵੇਂ ਮਾਵਾਂ ਚੰਦੀਏ ਹੁਣ ਮਾਤਮ ਕਰਨਾ ਵੇ ਤੜੀ ਖਾਏ ਮੇਰੇ ਵਾਲੇ ਪਾਸੇ ਅਲਾਮਨ ਰਾਜੇ ਕਰ ਖੈਰੀ ਲਿਖ ਦੇਣ ਉਹ ਲਿਖ ਦੇਣ ਹੁਸੈਨ ਦੀਆਂ ਕੀ ਚਾਪਾਂ ਕਿ ਅਸਗਰ ਦੀ ਮਾਂ ਉਹ ਗੱਲ ਕਦਾਂ ਨਹੀਂ ਕੀਤੀ ਉਹਨਾਂ ਲਿਖੇ ਜ਼ਿੰਦਗੀ ਪਹਿਲਾ ਮੌਕਾ ਇਤਨਾ ਕਰੀ ਬਈਏ ਮੇਰੇ ਇਮਾਮ ਦੇ ਸਜੇ ਮੁੰਡੇ ਤੇ ਅਦਰ ਗਏ ਖਬੇ ਹੱਥ ਨਾਲ ਬਾਦਲ ਸਰ ਦੇ ਉੱਤੋਂ ਵਲਾ ਕੇ ਆਦੀਏ ਛਾਂ ਬੜਾਈ ਵੰਜੇ ਬੜੀ ਵਜੇ ਮੈਂ ਤਾਂ ਸਫਾਰੀ ਚ ਧੁੱਪ ਨਹੀਂ ਜਵਾਨੀਆਂ ਮਾਣੇ ਆਖਰੀ ਮੈਣ ਹੁਸੈਨ ਬਾਦਸ਼ਾਹ ਦੀ ਆਵਾਜ਼ ਆਉਂਦੀ ਹੈ ਅਸਗਰ ਦੀ ਮਾਂ ਮੈਂ ਛਾਨ ਬਣਾਵਾਂ ਆਸਮਾਨ ਦਾ ਟੁਕੜਾ ਸਾਇਆ ਕਰੇ ਸੀ ਜਿਬਰਾਇਲ ਪਰਾਂ ਦਾ ਪਿਛਾਵਾਂ ਕਰੇ ਸੀ ਸਯਦਾ ਦੇ ਪੁੱਛਣ ਵਾਲੀ ਗੱਲ ਤੇ ਮੈਂ ਪਿਊਆਂ ਮੈਂ ਉਵੇਂ ਚਾਵਾਂ ਜਿਵੇਂ ਪਿਊ ਚੰਨ ਸਯਦਾ ਦੇਨ ਕਿਉਂ ਚਵਈ ਕਦਮਾਂ ਤੇ ਅਦਲਾ ਕਿਆ ਦੀਏ ਬਈ ਕੋਈ ਵਜ੍ਹਾ ਨਹੀਂ ਕਵਜੇ ਤੁਹਾਡਾ ਮੂੰਹ ਆਉਣੇ ਮੈਦਾਨ ਵਾਲੇ ਪਾਸੇ ਕੰਡ ਆਉਣੀਏ ਖਿਆਮ ਵਾਲੇ ਪਾਸੇ ਬੀਬੀ ਆਦੀਏ ਮੈਂ ਚਾਹੁੰਦੀ ਮੈਦਾਨ ਵੇ ਨਾ ਤਈ ਏ ਮੈਂ ਡੋਡੇ ਖੇ ਆਖਰੀ ਮੈਣ ਮਾਤਮੀਆਂ ਜਵਾਨੋ ਹੁਸੈਨ ਚਾਹ ਕੇ ਟੁਰਾਏ ਜਿਹੜੇ ਕੜੀਅਲ ਜਵਾਨ ਬੈਠੇ ਹੋ ਜਿਨ੍ਹਾਂ ਦੀ ਛੋਟੀ ਔਲਾਦ ਮੈਂ ਕੰਬੋਲ ਕੇ ਜਵਾਬ ਦਿਵਾਏ ਛੜਾ ਮਾਰ ਡਿੱਠਾ ਨਾ ਬਾਬਾ ਮਾਰੇ ਦੀ ਵੀ ਰਹੀ ਨਾਲੇ ਜੀਂਦੀ ਵੀ ਰਹੀ ਮਾ ਛੋਟੀ ਜਿਹੀਆਂ ਖੋਲੀਏ ਉਹ ਆਏ ਹੀ ਨਹੀਂ ਜਾਂਦੀ ਆਏ
ਨਿਕਲੇ ਮਾਤ ਦੀਤ ਪਈਏ ਤੂੰ ਤਾਂ ਲਿਖਣ ਵਾਲੇ ਲਿਖ ਗਏ ਨਾ ਹੁੰਦੀ ਔਖੀ ਮੌਤ ਉਹ ਨਾ